ਅਸਲਾਮੁ ਅਲੈਕੁਮ, ਕੀ ਹਾਲ ਹੈ ਵੀਰੋ? ਠੀਕ ਹੋ? ਉਮੀਦ ਕਰਦੇ ਹਾਂ ਸਾਰੇ ਠੀਕ ਹੋਣਗੇ। ਅਤੇ ਅੱਜ ਦਾ ਵਲੋਗ ਕਰਦੇ ਆਪਾਂ ਨਵਾਂ ਸਟਾਰਟ। ਸਵੇਰ ਦਾ ਟਾਈਮ ਹੈ, ਧਾਰਾਂ ਧੁਰਾਂ 'ਚ ਹੋ ਕੇ ਵਿਹਲੇ ਹੋ ਗਏ ਹਾਂ ਅਤੇ ਪੱਠੇ ਸ਼ਾਮੀ ਜਿਹੜੇ ਵੱਢ ਕੇ ਲਿਆਉਂਦੇ ਸੀ ਉਹਨਾਂ ਦੀ ਕੁਤਰਨ ਲੱਗੇ ਹਾਂ। ਆਪਾਂ ਟਰਾਲੀ ਲਾਉਣੀ ਹੈ, ਬੈਗ ਟਰੈਕਟਰ ਪਾ ਕੇ ਟਰਾਲੀ ਬੈਗ ਲਿਆਉਂਦੇ ਹਾਂ, ਪੱਠੇ ਹੋਰ ਵੱਢ ਕੇ ਲਿਆਉਣੇ ਪੈਣੇ ਆ ਨਾ। ਕੱਲ੍ਹ ਵੱਢੇ ਸੀ ਸ਼ਾਮੀ ਦਾਤਰੀ ਨਾਲ, ਤੱਲੀ ਥੋੜ੍ਹੀ ਜਿਹੀ ਖਲੋਤੀ ਸੀ, ਅਸੀਂ ਕਿਹਾ ਦਾਤਰੀ ਨਾਲ ਹੀ ਵੱਢ ਲਿਆਉਂਦੇ ਹਾਂ ਅਤੇ ਅੱਜ ਮਸ਼ੀਨ ਖੜਾਂਗੇ, ਨਵੇਂ ਕਿੱਲੇ ਨੂੰ ਟੱਕ ਲਾਉਣਾ, ਉੱਥੋਂ ਵੱਢ ਕੇ ਲਿਆਵਾਂਗੇ ਪੱਠੇ, ਕਿਉਂਕਿ ਇੰਨੇ ਕੁ ਪੱਠਿਆਂ ਨਾਲ ਆਪਣਾ ਗੁਜ਼ਾਰਾ ਨਹੀਂ ਹੁੰਦਾ। ਮਾਲ ਮਾਸ਼ਾਅੱਲਾ ਵਾਹਵਾ ਹੈ ਨਾ, ਅਤੇ ਤਕਰੀਬਨ ਅਸੀਂ ਕੋਈ ਦੋ ਕਨਾਲਾਂ ਥਾਂ ਜਿਹੜਾ ਇਹ ਰੋਜ਼ ਵੱਢਦੇ ਹਾਂ। ਪਹਿਲੀ ਨਾ ਤਿੰਨ ਚਾਰ ਦਿਨ ਹੀ ਹੁੰਦੇ ਨੇ, ਚਾਰ ਕੁ ਦਿਨ ਹੋ ਜਾਂਦੇ ਨੇ ਹੁਣ, ਕਿਉਂਕਿ ਹੁਣ ਅੱਗੋਂ ਪੱਠੇ ਕੱਟ ਗਏ ਨੇ ਨਾ। ਅਤੇ ਆਇਓ ਵੇਖਦੇ ਹਾਂ ਅੱਜ ਦਾ ਆਪਣਾ ਦਿਨ ਕਿਵੇਂ ਦਾ ਗੁਜ਼ਰਦਾ, ਪੂਰਾ ਵਲੋਗ ਲਾਜ਼ਮੀ ਦੇਖਣਾ, ਉਮੀਦ ਕਰਦੇ ਹਾਂ ਵਧੀਆ ਲੱਗੇਗਾ। ਲੈਟਸ ਗੋ, ਲਾਈਏ ਟਰਾਲੀ।
ਲੋ ਜੀ ਸਵੇਰੇ ਸਵੇਰੇ ਆ ਗਈ ਆ ਮਿੱਠੀ ਲੱਸੀ। ਹੈਲੋ ਭਾਜੀ। ਹੈਲੋ ਭਾਜੀ, ਸਵੇਰੇ ਸਵੇਰੇ ਮਿੱਠੀ ਲੱਸੀ, ਉਸ ਤੋਂ ਬਾਅਦ ਰੋਟੀ ਦੇ ਨਾਲ ਲੂਣੀ ਲੱਸੀ, ਉਸ ਤੋਂ ਬਾਅਦ ਦੁਪਹਿਰ ਨੂੰ ਕੱਚੀ ਲੱਸੀ, ਰਾਤ ਨੂੰ ਜੇ ਗਰਮੀ ਜ਼ਿਆਦਾ ਹੋਏ ਫਿਰ ਕੱਚੀ ਲੱਸੀ। ਸਵੇਰੇ ਸਵੇਰੇ ਮਿੱਠੀ ਲੱਸੀ ਦਾ ਆਪਣੇ ਸਵਾਦ। ਹਾਂ ਚੱਲ ਪੀ, ਤੂੰ ਵੀ ਚਲਾਈਏ ਟੋਕਾ। ਹੁਣ ਅਸੀਂ ਚਲਾ ਲਾਂਗੇ ਟੋਕਾ, ਪੱਠੇ ਕੁਤਰਾਂ ਲੱਗਿਆ, ਛੁਰੀਆਂ ਛੁਰੀਆਂ ਲਾ ਲਈਆਂ, ਪੱਖਾ ਵੀ ਰੱਖ ਲਿਆ ਸਟੈਂਡ 'ਤੇ, ਬਸ ਟੋਕਾ ਚਲਾਉਣ ਲੱਗਿਆ। ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਨਾ, ਪਸੀਨਾ ਆਈ ਜਾਂਦਾ, ਸੋ ਇਸ ਕਰਕੇ ਪੱਖਾ ਲੱਗਾ ਹੋਏ ਅਤੇ ਬੰਦੇ ਨੂੰ ਹੌਸਲਾ ਰਹਿੰਦਾ। ਸਵੇਰ ਸਵੇਰ ਦਾ ਟਾਈਮ ਹਲੇ 6:45 ਹੋਏ ਨੇ ਅਤੇ ਗਰਮੀ ਹੁਣੀ ਬਸ ਬਸ ਕਰਾਈ ਪਈ ਹੈ। ਆਪਾਂ ਇੱਥੇ ਪਾਉਣੇ ਨੇ 4 12 ਅਤੇ 2 14 ਮਗਰ ਇੱਥੇ ਪਾਉਣੇ ਨੇ, 14 ਹਨ ਪਾਉਣੇ ਨੇ, 14 ਦੁਪਹਿਰ ਨੂੰ, 14 ਸ਼ਾਮ ਨੂੰ। ਹਾਂ
ਲੋਈ ਪੱਠੇ ਪੁੱਠੇ ਪਾ ਕੇ ਤੇ ਗੋਹਾ ਲੱਦ ਕੇ ਮੱਝਾਂ ਲੈਣ ਦੀਆਂ ਕੱਢ ਕੇ ਉਧਰੋਂ ਕੱਚੇ ਵਾੜੇ ਚੋਂ ਸਵੇਰੇ ਉਧਰ ਵਾੜੇ ਆਈਦੀਆਂ ਕਿਉਂਕਿ ਉਧਰ ਕੱਚੇ ਥਾਂ ਤੇ ਬਹਿ ਜਾਂਦੀਆਂ ਜੇ ਸਾਰਾ ਦਿਨ ਇੱਥੇ ਪੱਕੇ ਤੇ ਰਹਿਣ ਤੇ ਲੱਤਾਂ ਭੀੜ ਕਰੀ ਜਾਂਦੀਆਂ ਵਿੱਚੋਂ ਮੱਝਾਂ ਕਈ ਲੰਘਾਉਣ ਲੱਗ ਗਈਆਂ ਸੀ ਜਿਹਦੇ ਕਰਕੇ ਆਪਾਂ ਇਹਨਾਂ ਨੂੰ ਉਧਰ ਵਾੜ ਜਾਂਦੇ ਹਾਂ ਕੱਚੇ ਵਾੜੇ 'ਚ ਤੇ ਹੁਣ ਪੱਠੇ ਪੁੱਠੇ ਪਾਤੇ ਨੇ ਗੋਹਾ ਵੀ ਲੱਦਿਆ ਗਿਆ ਅਤੇ ਇਹਨਾਂ ਨੂੰ ਵਾੜਨ ਲੱਗਿਆ ਆਪਾਂ ਛੱਪੜੇ ਛੱਪੜੇ ਨਹਾ ਲੈਣਗੀਆਂ ਅਤੇ ਫਿਰ ਅੰਦਰ ਪੱਠੇ ਖਾਈ ਜਾਣਗੀਆਂ ਅਤੇ ਫਿਰ ਜਾ ਕੇ ਆਪਾਂ ਪੱਠੇ ਲੈ ਕੇ ਆਵਾਂਗੇ ਪੱਠੇ ਘੱਟ ਸੀ ਪੱਠੇ ਹੋਰ ਵੱਢ ਕੇ ਲਿਆਉਣੇ ਕੰਮ ਬਸ ਇੰਝ ਹੀ ਆਪਣਾ ਨਿਬੜਦਾ ਹੀ ਚੱਲ 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 ਆ ਪਹਿਲਾਂ ਝੋਟੀ ਆਪਣੀ ਮਾਸ਼ਾਅੱਲਾ ਤਿਆਰ ਹੈ ਸਵਾਦ ਹੁੰਦਾ ਕਿ ਨਹੀਂ ਲੋ ਜੀ ਨਹਾਈਆਂ ਮੱਝਾਂ ਤੇ ਪੱਠੇ ਵੀ ਖੁਰਲੀ ਚ ਪਏ ਨੇ ਵਾੜਾ ਵੂੜਾ ਵੀ ਗਿਆ ਹੁਣ ਜਿਆ ਹੱਕਰ ਮਾਲੀਏ ਅੱਗੋਂ ਵਾੜਾ ਅਸੀਂ ਮੂੰਹ ਕੇ ਸਾਫ਼ ਕਰਤਾ ਸੁੱਕ ਗਿਆ ਪੱਠੇ ਖਾਣਗੀਆਂ ਤੇ ਛਾਵੇਂ ਬਹਿ ਜਾਣਗੀਆਂ ਬਾਂਦਰ ਹੀ ਇੱਕ ਆਹ ਮੱਝ ਲਿੱਸੀ ਹੈ ਬਸ ਸਾਡੀ ਬਾਤੀ ਲਿੱਸੀ ਹੈ ਜਿਹੜੇ ਬਾਕੀ ਤੇ ਸਹੀ ਨੇ ਚਲੋ 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 ਖਾ ਪੱਠੇ ਤੇ ਮਾਰੋ ਮੋਚਾ ਪੱਠੇ ਪਏ ਨੇ ਖਾਣ ਦਈਆਂ ਤੇ ਅੱਗੇ ਆਹ ਕੁਤਰੇ ਪਏ ਨੇ ਤੇ ਇੰਨੇ ਕੋਈ ਹੋਰ ਆਪਾਂ ਲੈਣੇ ਫਿਰ ਡੰਗ ਲੰਘ ਜਾਏਗਾ ਫਿਰ ਤੂੜੀ ਦੀਆਂ ਕੋਈ ਦੋ ਭੰਡਾ ਪਾਈਆਂ ਤੇ ਆਪੀ ਦਿਨ ਲੰਘ ਜਾਏਗਾ ਚੱਲ ਤੁਰ ਪਿਆ ਤੂੰ ਨੀ ਜਾਂਦੀ ਚੱਲੇ ਆ ਲੈ ਪਾਈ ਜਾਂਦਾ ਹੁਣ ਨੀ ਪਾਈ ਜਾਂਦਾ ਕਲਾਸ ਆਈ
ਆਉਂਦੇ ਨੇ ਕਿ ਨਹੀਂ ਰਸ਼ੀਆ ਵਾਲੇ ਦੇ ਦਾਰੇ ਠੰਡੇ ਮੁਲਕਾਂ 'ਚ ਫਿਰ ਕੇ ਸਾਰੇ ਕਹਿੰਦੇ ਭਾਈ ਜਾ ਕੇ ਪਿੰਡ ਵਾਲੇ ਵਲੋਗ ਬਣਾਓ ਲਓ ਵੇਖ ਲਓ ਪਿੰਡ ਵਾਲੇ ਵਲੋਗ ਬਸ ਹੋਈ ਪਈ ਆ ਚਲਾ ਚਲਾ ਯਾਰ ਸਪੀਡ ਮਾਰ ਲੋ ਜੀ ਆਪਾਂ ਪੱਠੇ ਲੈਣ ਜਾਣਾ ਸੀ ਹੁਣ ਤੇ ਪੱਠੇ ਤੇ ਆਪਾਂ ਲੈਣ ਨਹੀਂ ਗਏ ਕਿਉਂਕਿ ਆਪਣੇ ਕੋਲ ਆ ਗਏ ਸੀ ਗਾਹਕ ਆਪਾਂ ਮੱਝਾਂ ਵੇਚਣ ਵਾਲੇ ਤੇ ਮੱਝ ਹੋ ਗਈ ਆ ਪਾਸ ਇਹ ਭਾਈ ਆਏ ਨੇ ਕਿੱਥੋਂ ਨਜਾਕਤ ਨਾ ਆਏ ਤੇ ਆਪ ਨਹੀਂ ਦੱਸਦੇ ਆਪ ਥੱਥੇ ਨੇ ਆ ਭਲਵਾਨ ਵੀ ਵਾਗੇ ਬਾਰਡਰ ਤੋਂ ਆਇਆ ਕੀ ਹਾਲ ਹੈ ਮੌਲਵੀ ਸਾਹਿਬ ਠੀਕ ਹੋ ਹਾਂਜੀ ਇਹਨਾਂ ਨੂੰ ਦੋ ਮੱਝਾਂ ਵੇਚੀਆਂ ਇੱਕ ਆ ਖਲੋਤੀ ਹੈ ਤੇ ਇੱਕ ਆ ਖਲੋਤੀ ਹੈ ਕੀ ਹਾਲ ਹੈ ਠੀਕ ਹੋ ਬਾਬਾ ਜੀ ਬਾਬਾ ਜੀ ਕੀ ਹਾਲ ਹੈ ਸ਼ੁਕਰ ਅੱਲਾਹ ਦਾ ਇਹ ਦੋ ਮੱਝਾਂ ਪਾਸ ਕਰਾਈਆਂ ਜੀ ਇੱਕ ਆ 21 ਨੰਬਰ ਝੋਟੀ ਜਿਹੜੀ ਹੈ ਭਲਵਾਨ ਨਹੀਂ ਵਹਾਂਦਾ 21 ਨੰਬਰ ਝੋਟੀ ਹੈ ਤੇ ਉਸ ਤੋਂ ਬਾਅਦ ਉਹ ਜਿਹੜੀ 52 ਨੰਬਰ ਇੱਕ ਉਹ ਹੈ ਇਹ ਦੋਵੇਂ ਪਾਸ ਹੋਈਆਂ ਲੋ ਜੀ ਇਹ ਮੱਝ ਜਿਹੜੀ ਕੱਲ ਸੂਈ ਸੀ ਇਹਦੀ ਵੀਡੀਓ ਬਣਾਈ ਸੀ ਇਹ ਚਾਚੇ ਨੂੰ ਦੇ ਦਿੱਤੀ ਹੈ ਕਿਉਂ ਚਾਚਾ ਰਾਜ਼ੀ ਹੈ ਮਿਹਰਬਾਨੀ ਵਾਲੀ ਕਿਹੜੀ ਗੱਲ ਹੈ ਅੱਲਾ ਤੇਰੇ ਬੱਚਿਆਂ ਦੇ ਦੁੱਧ ਪੀਣਾ ਨਸੀਬ ਕਰੇ ਵਾਲੇ ਮੱਝ ਠੀਕ ਹੈ ਖੁਸ਼ ਹੈ ਕਿਉਂ ਭਾ ਤੂੰ ਖੁਸ਼ ਹੈ ਖੁਸ਼ ਜੀ ਖੁਸ਼ ਅੱਲਾ ਤੇਰੇ ਭਰਾ ਨਸੀਬ ਕਰੇ ਠੀਕ ਹੈ ਤੇ ਆ ਤਸਵੀਰ ਹੀ ਬਣਾਉਂਦੇ ਆ ਤੇਰੀ ਮੈਂ ਅੱਲਾ ਪਾਕ ਤੇਰੇ ਨਸੀਬ ਕਰੇ ਆ ਮੱਝ ਜਿਹੜੀ ਕੱਲ ਸੂਈ ਸੀ ਜਿਹਦੀ ਵੀਡੀਓ ਲਾਈ ਸੀ ਇਹ ਆ ਭਾ ਨੂੰ ਦੇ ਦਿੱਤੀ ਹੈ ਭਾ ਨੂੰ ਦਿੱਤੀ ਹੈ 3,00,000 ਤੇ 55 ਦੀ ਲੋ ਬਾਬਾ ਜੀ ਅੱਲਾ ਪਾਕ ਤੁਹਾਡੇ ਨਸੀਬ ਕਰੇ ਠੀਕ ਆ ਚਲੋ ਜੀ ਅੱਜ ਆਪਾਂ ਵੇਚ ਛੜੀਆਂ 3 ਮੱਝਾਂ ਲੋ ਜੀ ਅੱਜ ਸਵੇਰ ਦੀਆਂ ਮਾਸ਼ਾਅੱਲਾ ਚੌਥੀ ਮੱਝ ਵੇਚੀ ਆ ਪੰਜਵੀਂ ਮੱਝ ਵੇਚਦੀ ਆ ਤੇ ਆ ਇੱਕ ਮੱਝ ਵੇਚੀ ਆ 33 ਨੰਬਰ ਤੇ ਇਹ ਭਾ ਹੋਰਾਂ ਨੂੰ 4,10,000 ਰੁਪਏ ਦੀ 40, 50, 60 2,00,000 ਹੋ ਗਿਆ 10,20,30,40,50,60,70,80,90,100 4,10,000 ਲਓ ਜਨਾਬ ਭਾਈ ਅੱਲਾ ਪਾਕ ਤੁਹਾਨੂੰ ਨਸੀਬ ਕਰੇ ਹਾਂ ਜੀ ਇਹ ਲਦਾਖ ਭੇਜਣੀ
ਚਲੋ ਠੀਕ ਮੈਂ ਪੈਦਲ ਤੋਰ ਕੰਮ ਸ਼ਾਮ ਆਪਾਂ ਕੋਈ ਨਹੀਂ ਕੀਤਾ ਅੱਜ ਆਪਾਂ ਮੱਝਾਂ ਹੀ ਵੇਚੀਆਂ ਅਜੇ ਜੁਮੇ ਦਾ ਦਿਨ ਸੀ ਤੇ ਸਾਰੇ ਲੋਕ ਇੱਕ ਮੱਝ ਵੇਚੀ ਆ ਇਹ ਮੱਝ ਵੇਚੀ ਆ 4 ਲੱਖ 10 ਹਜ਼ਾਰ ਦੀ ਤੇ ਇੱਕ ਉਹ 21 ਨੰਬਰ ਝੂਠੀ ਖਲੋਤੀ ਆ ਜਿਹਦੀ ਪਾਸ ਕਰਾਈ ਆ ਇੱਕ ਆ 52 ਨੰਬਰ ਵੇਚੀ ਆ ਇਹ ਬੈਠੀ ਆ ਤੇ ਦੋ ਚੱਲੀਆਂ ਗਈਆਂ ਇਹ ਤੇ ਅੱਜ ਆਪਾਂ ਸਾਰਾ ਦਿਨ ਇਹ ਕੀਤਾ ਕੰਮ ਸ਼ਾਮ ਜਿਹੜਾ ਸੀ ਉਹ ਚੱਲ ਕੇ ਤੀ ਇਹਦੇ ਨਾਲ ਆਪਾ